ਅਸਲਾਮ ਅਲੈਕੁਮ ਦੋਸਤੋ, ਬਜ਼ੁਰਗੋ, ਕੀ ਹਾਲ ਚਾਲ ਹੈ? ਮੈਂ ਤੈਮੂਰ ਖਾਨ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਲਵ ਯੂ ਦੇਸੀ ਬੋਇਜ਼। ਅਤੇ ਚਲੋ ਜੀ, ਇੰਜੋਏ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਚੰਗੀ ਲੱਗਣ ਤਾਂ ਲਾਈਕ ਸ਼ੇਅਰ ਕਰਕੇ ਜਾਇਓ ਅਤੇ ਇੰਜੋਏ ਕਰਦੇ ਹਾਂ ਜੀ। ਚਲੋ, ਅੱਛਾ ਜੀ, MF 385 4x4, ਅੱਗੇ ਵੇਟ ਲੱਗੇ ਦੇ ਨੇ, ਪਿੱਛੇ ਵੇਟ ਲੱਗੇ ਦੇ ਨੇ, ਅਤੇ ਅੱਛੀ ਵੀਡੀਓ ਲੱਗੀ ਹੈ ਬਾਈ। ਦੋਸਤੋ, ਕਮੈਂਟ ਕਰਕੇ ਦੱਸੋ ਕਿ ਕਿਹੜਾ ਟਰੈਕਟਰ। ਮੈਨੂੰ ਲੱਗ ਰਿਹਾ ਕਿ ਇਹ 5620 ਟਰੈਕਟਰ ਹੋਏਗਾ, ਇੰਡੀਅਨ ਟਰੈਕਟਰ ਹੈ, ਨਿਊ ਹੋਲੈਂਡ 5620+ ਹੈ। ਹੱਲਾਂ ਵਿੱਚ ਵੱਡੀਆਂ ਪਾਈਆਂ ਨੇ, ਗੁਜਰਾਤ ਵਾਲੇ ਜੀ। ਵੈਸੇ ਮੈਂ ਇੱਕ ਵੀਡੀਓ ਨਹੀਂ ਦੇਖੀ ਹੈ, ਹੁਣ ਲਾਸਟ ਨਵੀਂ ਵੀਡੀਓ ਆਈ ਹੈ ਅਪਡੇਟ ਵਿੱਚ, ਉਹ 'ਚ ਟਰੈਕਟਰ ਨੂੰ ਜ਼ਿਆਦਾ ਉਹਨਾਂ ਨੇ ਮੋਡੀਫਾਈ ਕਰ ਦਿੱਤਾ ਹੈ। ਮਤਲਬ ਕਿ ਪਤਾ ਨਹੀਂ, ਉਹ ਇਹਨਾਂ ਦਾ ਸੀ ਗੁਜਰਾਤ ਵਾਲੇ, ਉਹ ਵੀ ਇਹੀ ਜਾਂ ਕੋਈ ਹੋਰ ਸੀ, ਦਿਖਾਵਾਂਗਾ ਵੀਡੀਓ। ਅਲਗਾਜ਼ੀ ਆ ਗਿਆ ਜੀ, 65 hp, ਪਾਵਰ ਸਟੀਅਰਿੰਗ, ਅਤੇ ਪਾਵਰ ਸਟੀਅਰਿੰਗ ਥੋੜ੍ਹਾ ਚੇਂਜ ਕੀਤਾ ਇਹਨਾਂ ਨੇ, ਕਟਾਈ ਜ਼ਿਆਦਾ ਹੈ ਵੈਸੇ ਇਹਦੀ, ਅਤੇ ਸਟੀਅਰਿੰਗ ਵੀ ਸਿੰਗਲ ਇਹਨਾਂ ਨੇ ਪਿਸਟਨ ਲਾਇਆ। ਕੰਮਾਂ ਦਾ ਸ਼ੌਕੀਆਂ ਵੀ ਜੱਟ ਪੁੱਟੇ, 85 ਮੂਹ ਦਾ ਕਰਨ ਲੱਗਾ ਸੀ, ਬਚ ਗਿਆ। ਇਹ 5620 ਹੈ ਮੇਰੇ ਖਿਆਲ, ਪਲੱਸ 4x4। ਹਾਂ, 5620 ਹੈ ਜੀ, 5620 4x4 ਹੈ, ਅਤੇ ਚੰਗਾ ਟਰੈਕਟਰ, ਅੱਛੀ ਲੁੱਕ ਹੈ ਯਾਰ ਵੈਸੇ ਦੀ। ਦੋਸਤੋ, ਤੁਸੀਂ ਕਮੈਂਟ ਕਰਕੇ ਦੱਸਿਆ ਕਿ ਜੇ 5620 ਅਤੇ 3630 ਇਹ ਦੋਨੇ ਕਿੰਨੇ ਕਿੰਨੇ ਹਾਸ ਪਾਵਰ ਨੇ, 5620 ਜਿਹੜਾ ਇਹ ਕਿੰਨੇ ਹਾਸ ਪਾਵਰ ਹੈ, ਅਤੇ 3630 ਕਿੰਨੇ ਹਾਸ ਪਾਵਰ ਹੈ। ਜਿਨ੍ਹਾਂ ਦੀ ਤੋੜ ਜਨਾਨੀਆਂ ਵਰਗੀ ਗਿਰਾਕੀ ਸਾਡਾ ਡੱਕਣਗੇ। ਫਾਰਮਰ ਟਰੈਕ 60, ਇਹ ਤਾਂ ਮੇਰੇ ਖਿਆਲ 60 hp ਹੋਏਗਾ ਨਾ, ਜਿਹੜਾ ਨਾਮ 60 ਦਿੱਤਾ ਤੁਹਾਨੂੰ। 1 2 3 4 5 6 6 2 12, ਅਤੇ ਯਾਨੀ 12 2 24 23 ਫਾਰੀ ਹੱਲ ਹੈ। ਇੰਡੀਆ ਵਿੱਚ ਵੈਸੇ ਇੱਕ ਚੀਜ਼ ਮੈਂ ਦੇਖੀ, ਨੋਟਿਸ ਕੀਤੀ ਹੈ, ਟਰੈਕਟਰ ਅੱਗੇ ਉਹਨਾਂ ਵੇਟ ਲਾਏ ਦੇ ਨੇ, ਚਾਹੇ 4x4 ਹੈ ਕਿ ਨਹੀਂ ਹੈਗੇ, ਲੇਕਿਨ ਉਹਨਾਂ ਅੱਗੇ ਵੇਟ ਲੱਗੇ ਦੇ ਨੇ। ਅਤੇ ਪਾਕਿਸਤਾਨੀ ਟਰੈਕਟਰ ਜਿਹੜੇ ਨੇ, ਇਹਨਾਂ ਅੱਗੇ 4x4 ਟਰੈਕਟਰ ਹੋਣ ਦੇ ਬਾਵਜੂਦ ਵੀ ਅੱਗੇ ਵੇਟ ਨਹੀਂ ਲਾਏ ਦੇ ਹੈਗੇ। ਇੰਡੀਆ ਜਿਹੜੇ ਟਰੈਕਟਰ 2-wheel ਨਾ, ਉਹਨਾਂ ਅੱਗੇ ਵੇਟ ਲੱਗੇ ਦੇ ਨੇ, ਹੈ ਦੇਖੋ ਇਹਦੇ ਅੱਗੇ ਵੇਟ ਲੱਗੇ ਦੇ ਨੇ, ਨਿਊ ਹੋਲੈਂਡ ਅੱਗੇ ਦੇ। ਨਸਲਿਆਂ ਦੀ ਕਿਸਮਤ ਬਦਲਦੀ ਆ, ਔਕਾਤ ਨਹੀਂ।
ਇਹ ਦੇਖੋ ਜਨਾਬ, 4x4 ਟਰੈਕਟਰ ਦੇ ਅੱਗੇ ਵੇਟ ਕਿੰਨਾ ਜ਼ਿਆਦਾ ਪਾਇਆ ਤਾ ਉਹਨਾਂ ਨੇ, ਅਤੇ ਟਰੈਕਟਰ ਦਾ ਮਾਡਲ ਤਾਂ ਨਹੀਂ ਮੈਨੂੰ ਪਤਾ ਕਿਹੜਾ ਹੈ, ਲੇਕਿਨ ਹੈ ਨਹੀਂ ਉਹ ਹੋਲੈਂਡ ਹੈ ਜਾਂ 3630 ਹੈ ਜਾਂ 5620 ਹੈ, ਤਾਂ ਦਿੱਤੇ ਨਹੀਂ। ਡਰਾਉਨ ਸ਼ਾਟ ਲਿਆ ਤਾ ਉਹਨੇ, ਸਵਰਾਜ ਖੜ੍ਹਾ ਹੈ ਅਤੇ ਨਿਊ ਹੋਲੈਂਡ ਖੜ੍ਹਾ ਹੈ, ਅਤੇ ਅੱਗੇ ਉਹ ਮਹਿੰਦਰਾ ਅਰਜੁਨ, ਅਰਜੁਨ ਵੇਲ ਕੀ ਨਾਂ ਆਇਆ ਤਾ ਯਾਰ ਅਰਜੁਨ ਦਾ, ਵੋਲਵੋ ਵੋਲੋ ਐਸਾ ਦਾ ਕੋਈ ਨਾਮ ਹੈ ਮੈਨੂੰ ਕਲੀਅਰ ਨਹੀਂ ਪਤਾ, ਲੇਕਿਨ ਅਰਜੁਨ ਮੈਨੂੰ ਲੱਗ ਰਿਹਾ ਸੀ ਮਹਿੰਦਰਾ ਅਰਜੁਨ। ਡਰੋਨ ਵਿਊ ਲਿਆ ਤਾਂ ਬਹੁਤ ਅੱਛਾ ਲੱਗਾ। ਆ ਤੇਰੀ ਖੈਰ ਜਵਾਨ ਦੀ, ਉਸ ਵੀਡੀਓ ਹਾਈ ਸਪੀਡ ਵਿੱਚ ਨਹੀਂ ਹੈਗੀ, ਇਸ ਵੀਡੀਓ ਹੈ ਰੀਅਲ ਹੀ ਹੈ, ਮਤਲਬ ਤੇਜ਼ ਨਹੀਂ ਕੀਤਾ ਤੈਨੂੰ, ਆਪਣੀ ਨੋਰਮਲ ਸਪੀਡ ਵਿੱਚ ਹੈ, ਲੇਕਿਨ ਟਰੈਕਟਰ ਦੀ ਸਪੀਡ ਜ਼ਿਆਦਾ ਕੀਤੀ ਹੋਈ ਹੈ। ਉਹ ਫਾਂਡਾ ਵੀ ਇਹ ਥੱਲੇ ਵਾਲੀ ਵੀਡੀਓ ਤੁਸੀਂ ਪਹਿਲੇ ਦੇਖੀ ਹੈ, ਅਤੇ ਹੁਣ ਉਹਨਾਂ ਨੇ ਕੰਪੀਟੀਸ਼ਨ ਕਰਵਾਇਆ ਦੋਵਾਂ ਪੰਜਾਬਾਂ ਦਾ ਅਤੇ ਦੋਨਾਂ ਟਰੈਕਟਰਾਂ ਦਾ, ਇੱਕ 85 ਹੈ ਅਤੇ ਉੱਤੇ 85 ਹੈ, ਥੱਲੇ ਇੰਡੀਅਨ ਟਰੈਕਟਰ ਹੈ। ਇਹਦੇ ਵਿੱਚ ਉਸਤਾਦ ਜੀ ਤੁਸੀਂ ਮੈਨੂੰ ਬਸ ਇਹ ਦੱਸਣਾ ਕਿ ਤੁਹਾਨੂੰ ਅਗਰ ਤੁਸੀਂ ਇੰਡੀਅਨ ਜਾਂ ਪਾਕਿਸਤਾਨੀ ਆਪਣਾ ਨਾਮ ਮੈਨਸ਼ਨ ਕਰਕੇ ਕਿ ਤੁਸੀਂ ਕਿੱਥੇ ਦੇ ਹੋ, ਅਤੇ ਦੋਨਾਂ ਵੀਡੀਓ ਵਿੱਚ ਤੁਹਾਨੂੰ ਮਤਲਬ ਕਿ ਲੱਗਿਆ ਕਿ ਹਾਂ ਇਸ ਬੰਦੇ ਨੇ ਜਾਂ ਇਸ ਟਰੈਕਟਰ ਨੇ ਅੱਛੀ ਪਰਫੋਰਮੈਂਸ ਕੀਤੀ ਹੈ, ਕਮੈਂਟ ਕਰਿਓ ਲਾਜ਼ਮੀ ਇਸ ਵੀਡੀਓ ਦੇ ਮੁਤਾਬਕ। ਪਾਪਾ ਪੁੱਛਦੇ ਲੜਕਾ ਕੀ ਕਰਦਾ, ਆਪ ਦੇਬੇ ਨੂੰ ਦੱਸ ਕੇ ਮੁੰਡਾ ਟਰੈਕਟਰਾਂ ਦੇ ਧੂੰਏ ਕਢਾਉਂਦਾ ਵਾ। 85 85 ਹੈ ਬਈ, ਨਹੀਂ ਕੋਈ ਜੋੜ ਦਾ, ਇਹਦੀ ਅਸਲ ਲੁੱਕ ਵੀ ਚੰਗੀ ਹੈ ਅਤੇ ਹਾਰਟ ਸਹੀ ਹੈ, ਬਿਹਤਰ ਹੈ। ਇਹ ਦੇਖੋ ਨਾ, ਹਰ ਟਰੈਕਟਰ ਅੱਗੇ ਉਹਨਾਂ ਨੇ ਵੇਟ ਲੱਗੇ ਦੇ ਨੇ, 4x4 ਅੱਗੇ ਪੱਕੇ ਵੇਟ ਲਾਏ ਦੇ ਉਹਨਾਂ ਨੇ। ਹਾਂਜੀ ਦੋਸਤੋ, ਦੱਸੋ ਕੈਸੀ ਲੱਗੀ ਹੈ ਵੀਡੀਓ, ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਰੋ, ਠੀਕ ਹੈ, ਅਤੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਜਿਹੜੇ ਵੀ ਟਰੈਕਟਰ ਲਵਰ ਨੇ, ਅਤੇ ਵੀਡੀਓ ਹਰ ਵੀਡੀਓ ਤੋਂ ਦੇਖ ਕੇ ਉਹਨਾਂ ਤੋਂ ਬਾਅਦ ਥੱਲੇ ਕਮੈਂਟ ਕਰਕੇ ਦੱਸੀ ਕਰੋ ਜਨਾਬ, ਇਸ ਵੀਡੀਓ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲੀ ਹੈ, ਇਸ ਚੀਜ਼ ਮਜ਼ਾ ਸਾਨੂੰ ਆਇਆ, ਤਾਂ ਕਿ ਮੈਂ ਫਿਰ ਉਸ ਤਰ੍ਹਾਂ ਦੀ ਵੀਡੀਓ ਜ਼ਿਆਦਾ ਲੈ ਕੇ ਆਵਾਂ। ਤਾਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ 'ਚ ਮੈਨੂੰ ਯਾਦ ਰੱਖਿਓ, ਬਹੁਤ ਸਾਰਾ ਪਿਆਰ, ਅੱਲਾ ਹਾਫਿਜ਼।